ਅਸਲਾਮ ਅਲੈਕਮ ਪਿਆਰੀ ਪਿਆਰੀ ਫੈਮਲੀ, ਅਤੇ ਇਹ ਦੇਖੋ, ਇਹ ਹੈਗਾ ਮੇਰਾ ਕੁਰਬਾਨੀ ਦਾ ਬੱਕਰਾ। ਇਹਨੂੰ ਮੈਂ ਖੁਦ ਪਾਲਿਆ ਵਾ, ਘਰ ਦਾ ਬੱਕਰਾ ਵਾ। ਜਿਹੜੀ ਮੇਰੀ ਇੱਕ ਲੇਲੀ ਸੀਗੀ ਉਹ ਹਲਾਲ ਹੋ ਗਈ ਸੀ। ਇਹ ਹੈਗਾ ਕੁਰਬਾਨੀ ਦਾ ਬੱਕਰਾ, ਅਤੇ ਮਾਸ਼ਾਅੱਲਾ ਆਹ ਬੱਕਰੀ ਆ। ਆਹ ਮੋਰ ਫਿਰਦੇ, ਮੋਰ ਦੀਆਂ ਮਾਦੀਆਂ ਆਉਂਦੀ ਕੁਰਬਾਨੀ ਵਾਸਤੇ ਅੱਲਾ ਪਾਕ ਨੇ ਐਡਵਾਂਸ ਦਿੱਤਾ ਤਾਂ ਕਿ ਕਮੀ ਮਹਿਸੂਸ ਨਾ ਹੋਵੇ। ਅੱਲਾ ਸੋਹਣਾ ਨੇ ਆਉਂਦੀ ਕੁਰਬਾਨੀ ਦੀ ਆ, ਦੇਖੋ ਇਹ ਇਸ ਲਈ ਐਡਵਾਂਸ ਆਇਆ ਕਿ ਉਹਦੀ ਕਮੀ ਨਾ ਮਹਿਸੂਸ ਹੋਵੇ। ਇਹ ਮਾਸ਼ਾਅੱਲਾ ਆਉਂਦੀ ਕੁਰਬਾਨੀ ਵਾਸਤੇ ਆ ਮੇਮਾ। ਇਹ ਹੋ ਗਿਆ ਵਾ 6 ਮਹੀਨਿਆਂ ਦਾ, ਹੈਂ ਮਾਸ਼ਾਅੱਲਾ। ਅੱਲਾ ਪਾਕ ਨੇ ਦੇਖੋ ਕਿੰਨਾ ਪਿਆਰਾ ਮੇਮਾ ਦਿੱਤਾ ਸੀ। ਉਹ ਹੈਗਾ ਮੋਰ, ਇਹ ਪੰਖ ਖਿਲਾਰਦਾ ਵਾ ਪਰ ਅਸੀਂ ਜਦੋਂ ਆਈਦਾ ਨਾ ਡਰ ਜਾਂਦਾ ਹਵੇਲੀ 'ਚ। ਇੱਕ ਇਹ ਆ ਅਤੇ ਇੱਕ ਉੱਧਰ ਬੈਠਾ ਵਾ। ਇਹ ਦੇਖੋ ਇੱਕ ਉਹ ਬੈਠਾ, ਉਹ ਆਪਣੀ ਮਾਦੀ ਨੂੰ ਲੈ ਕੇ ਬੈਠਾ ਹੋਇਆ। ਅਤੇ ਮੈਂ ਦੇਖਣ ਆਈ ਸੀ ਵੀ ਆਂਡਾ ਦਿੱਤਾ ਕਿ ਨਹੀਂ। ਉਹ ਡਰ ਗਿਆ, ਬਹਿ ਜਾ ਮੈਂ ਨਹੀਂ ਤੈਨੂੰ ਕੁਛ ਵੀ ਕਹਿੰਦੀ। ਉਹਨੇ ਉਹ ਮਾਦੀਆਂ ਲੈ ਲਈਆਂ ਦੋ, ਅਤੇ ਇਹਨੇ ਇਹ, ਅਤੇ